ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਤਾਂ ਮੁੜੀ ਆ ਸੱਚ
ਫਰਮਾਓ ਕਿ ਜੋ ਕੋਈ ਪਰਮੇਸ਼ਰ ਦੇ ਰਾਜ ਨੂੰ ਛੋਟੇ ਬਾਲਕ ਦੀ ਨਿਆਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਮਰੇਗਾ। ਅਤੇ ਉਹ ਉਸ ਨੇ ਉਹਨਾਂ ਨੂੰ ਕੁਚਲ ਚੁੱਕਿਆ ਅਤੇ ਉਹਨਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦਿੱਤੀ। ਹਾਲੇਲੂਯਾ। ਜਿਹੜੇ ਬੱਚੇ ਨਹੀਂ ਨਾ ਹੁੰਦੇ ਉਹਨਾਂ ਬੱਚਿਆਂ ਨੂੰ ਆਸ਼ੀਸ਼ ਨਹੀਂ ਮਿਲਦੀ। ਜਿਹੜੇ ਬੰਦਗੀ ਦੇ ਵਿੱਚ ਬੱਚਿਆਂ ਨੂੰ ਲਿਆਉਂਦੇ ਆ ਤੇ ਯਸੂ ਦੀ ਬੰਦਗੀ ਵਿੱਚ ਆਇਆ ਹੁੰਦਾ ਤੇ ਉਹਨਾਂ ਨੂੰ ਕੀ ਮਿਲ ਜਾਂਦੀ ਆ? ਬੱਚਿਆਂ ਨੂੰ ਆਸ਼ੀਸ਼ ਮਿਲ ਜਾਂਦੀ ਆ। ਬੋਲੋ ਹਾਲੇਲੂਯਾ, 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 ਹਾਲੇਲੂਯਾ। ਹੋਰ ਉਹ ਬੱਚੇ ਕੀ ਆ ਆਨੰਦ ਨਾਲ ਪਾਉਂਦੇ ਆ ਔਰ ਹਰ ਦੁੱਖ ਨਾਲ ਦੂਰ ਹੋ ਜਾਂਦਾ ਹੈ। ਹਾਲੇਲੂਯਾ, 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 ਹਾਲੇਲੂਯਾ। ਬੋਲੋ ਯਸੂ ਦੇ ਨਾਮ ਦੀ। ਤਾਂ ਆਪਾਂ ਕੀ ਪੜਿਆ ਅੱਜ? ਰੱਬ ਜਿਹੜਾ ਸਭ ਕੁਝ ਦਿੰਦਾ ਹੈ ਤੇ ਉਹਦੇ ਚਾਨਣ ਵਾਲੇ ਰੱਬ ਕੋਲੋਂ ਸਭ ਕੁਝ ਮਿਲਿਆ। ਤੂੰ ਰੱਬ ਦੀ ਬੰਦਗੀ ਕਰ, ਉੱਥੇ ਦੇ ਰੋਟੀ ਪਾਣੀ ਵਿੱਚ ਬਰਕਤ ਦੇਵੇਗਾ ਤੇ ਬਿਮਾਰੀ ਵੀ ਸਰੀਰ ਚੋਂ ਕੱਢ ਦੇਵੇਗਾ ਤੇ ਫਿਰ ਆਪਣੇ ਬੱਚਿਆਂ ਨੂੰ ਵੀ ਯਸੂ ਦੇ ਕੋਲ ਲੈ ਕੇ ਆਉਂਦੇ ਆ। ਤੇ ਅੱਜ ਪ੍ਰਭੂ ਦੇ ਜਿਹੜੇ ਪ੍ਰੇਮੀ ਆਪਣੇ ਬੱਚਿਆਂ ਦੇ ਨਾਲ ਆਏ ਆ ਤੇ ਰੱਬ ਉਹਨਾਂ ਤੇ ਬੜਾ ਖੁਸ਼ ਹੋਇਆ। ਬੋਲੋ ਹਾਲੇਲੂਯਾ, ਹਾਲੇਲੂਯਾ। ਬੋਲੋ ਯਸੂ ਮਸੀਹ ਦੇ ਨਾਮ ਕੀ ਜੈ। ਆਪਾਂ ਅੱਖਾਂ ਬੰਦ ਕਰਾਂਗੇ, ਸਿਰਾਂ ਨੂੰ ਝੁਕਾਵਾਂਗੇ।